ਇੱਕ ਦਿਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਰਖ ਕੀਤੀ, 7 ਸਾਲਾਂ ਵਿੱਚ 21 ਵਾਰ ਪ੍ਰੀਖਿਆ ਲਈ ਭਾਈ ਲੈਣਾ। ਬੈਠੇ ਬੈਠੇ ਉਪਦੇਸ਼ ਦੇ ਕੇ ਕਹਿੰਦੇ ਲੈਣਾ ਜੀ, ਆ ਚਾਦਰਾਂ ਧੋਣ ਵਾਲੀਆਂ ਸਨ, ਧੋ ਲਿਆਣੀਆਂ ਸੀ। ਕਹਿੰਦੇ ਮਹਾਰਾਜ 7 ਵਜਨ ਚਾਦਰਾਂ ਚੁੱਕੀਆਂ, ਧੋਣ ਚਲੇ। ਬਾਬੇ ਬੁੱਢੇ ਨੇ ਕਿਹਾ ਲੈਣਾ ਜੀ ਨੂੰ, ਕਹਿੰਦੇ ਇਹ ਚਾਦਰਾਂ ਤੇ ਕੱਲ ਹੀ ਧੋਤੀਆਂ ਨੇ, ਇੱਕ ਦਿਨ ਵਿੱਚ ਕਿਹੜੀਆਂ ਮੈਲੀਆਂ ਹੋ ਗਈਆਂ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬੜਾ ਗਹਿਰਾ ਪੇਪਰ ਪਾਇਆ। ਕਹਿੰਦੇ ਲੈਣਾ ਜੀ, ਜੇ ਚਾਦਰਾਂ ਧੋਤੀਆਂ ਹੋਈਆਂ ਸੀ ਫਿਰ ਤੁਸੀਂ ਦੱਸ ਦੇਣਾ ਸੀ ਕਿ ਕੱਲ ਹੀ ਧੋਤੀਆਂ ਨੇ। ਭਾਈ ਲੈਣੇ ਅੱਗੋਂ ਜਵਾਬ ਦਿੱਤਾ, ਮਹਾਰਾਜ ਜਿਹੜੀਆਂ ਚਾਦਰਾਂ ਗੁਰੂ ਨਾਨਕ ਦੀ ਨਜ਼ਰ ਵਿੱਚ ਮੈਲੀਆਂ ਹੋਣ ਮੈਂ ਕਿਵੇਂ ਕਹਿ ਦਾਂ ਧੋਤੀਆਂ। ਮਹਾਰਾਜ ਤੁਸੀਂ ਕਿਹਾ ਚਾਦਰਾਂ ਧੋਣ ਵਾਲੀਆਂ ਸੀ, ਲੈਣੀਆਂ ਧੋ ਲਿਆਣੀਆਂ ਸੀ, ਤੁਹਾਡੀ ਨਜ਼ਰ ਵਿੱਚ ਧੋਣ ਵਾਲੀਆਂ ਨੇ, ਮੈਂ ਕਿਵੇਂ ਕਹਿ ਦਾਂ ਧੋਤੀਆਂ ਹੋਈਆਂ। ਇਹਨੂੰ ਕਹਿੰਦੇ ਨੇ ਜੇ ਕੋ ਬੁੱਝੈ ਹੋਵੇ ਸਚਿਆਰ। ਇੱਕ ਦਿਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਰਖ ਕੀਤੀ, 7 ਸਾਲਾਂ ਵਿੱਚ 21 ਵਾਰ ਪ੍ਰੀਖਿਆ ਲਈ ਭਾਈ ਲੈਣਾ। ਬੈਠਿਆਂ ਬੈਠਿਆਂ ਉਪਦੇਸ਼ ਦੇ ਕੇ ਕਹਿੰਦੇ ਲੈਣਾ ਜੀ, ਆ ਚਾਦਰਾਂ ਧੋਣ ਵਾਲੀਆਂ ਸਨ, ਧੋ ਲਿਆਣੀਆਂ ਸੀ। ਕਹਿੰਦੇ ਮਹਾਰਾਜ 7 ਵਜਨ ਚਾਦਰਾਂ ਚੁੱਕੀਆਂ, ਧੋਣ ਚਲੇ। ਬਾਬੇ ਬੁੱਢੇ ਨੇ ਕਿਹਾ ਲੈਣਾ ਜੀ ਨੂੰ, ਕਹਿੰਦੇ ਇਹ ਚਾਦਰਾਂ ਤੇ ਕੱਲ ਹੀ ਧੋਤੀਆਂ ਨੇ, ਇੱਕ ਦਿਨ ਵਿੱਚ ਕਿਹੜੀਆਂ ਮੈਲੀਆਂ ਹੋ ਗਈਆਂ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬੜਾ ਗਹਿਰਾ ਪੇਪਰ ਪਾਇਆ। ਕਹਿੰਦੇ ਲੈਣਾ ਜੀ, ਜੇ ਚਾਦਰਾਂ ਧੋਤੀਆਂ ਹੋਈਆਂ ਸੀ ਫਿਰ ਤੁਸੀਂ ਦੱਸ ਦੇਣਾ ਸੀ ਕਿ ਕੱਲ ਹੀ ਧੋਤੀਆਂ ਨੇ। ਭਾਈ ਲੈਣੇ ਅੱਗੋਂ ਜਵਾਬ ਦਿੱਤਾ, ਮਹਾਰਾਜ ਜਿਹੜੀਆਂ ਚਾਦਰਾਂ ਗੁਰੂ ਨਾਨਕ ਦੀ ਨਜ਼ਰ ਵਿੱਚ ਮੈਲੀਆਂ ਹੋਣ ਮੈਂ ਕਿਵੇਂ ਕਹਿ ਦਾਂ ਧੋਤੀਆਂ। ਮਹਾਰਾਜ ਤੁਸੀਂ ਕਿਹਾ ਚਾਦਰਾਂ ਧੋਣ ਵਾਲੀਆਂ ਸੀ, ਲੈਣੀਆਂ ਧੋ ਲਿਆਣੀਆਂ ਸੀ, ਤੁਹਾਡੀ ਨਜ਼ਰ ਵਿੱਚ ਧੋਣ ਵਾਲੀਆਂ ਨੇ, ਮੈਂ ਕਿਵੇਂ ਕਹਿ ਦਾਂ ਧੋਤੀਆਂ ਹੋਈਆਂ। ਇਹਨੂੰ ਕਹਿੰਦੇ ਨੇ ਜੇ ਕੋ ਬੁੱਝੈ ਹੋਵੇ ਸਚਿਆਰ।